ਪਾਕਿਸਤਾਨ ਦੀ ਗੱਲ ਕਰੀਏ ਤਾਂ ਪਾਕਿਸਤਾਨ ਵਿੱਚ ਪਹਿਲਾ ਕਰੋਨਾ ਵਾਇਰਸ ਦਾ ਕੇਸ ਜਿਹੜਾ ਸੀ ਉਹ 24 ਫਰਵਰੀ ਨੂੰ ਰਿਪੋਰਟ ਕੀਤਾ ਗਿਆ ਸੀ। ਉਸ ਤੋਂ ਬਾਅਦ ਅਸੀਂ ਵੇਖੇ ਕਿ ਪੂਰੇ ਪਾਕਿਸਤਾਨ ਦੇ ਸੂਬਿਆਂ ਵਿੱਚ ਕਰੋਨਾ ਵਾਇਰਸ ਦੇ ਪੇਸ਼ੈਂਟ ਦੀ ਤਾਦਾਦ ਜਿਹੜੀ ਹੈ ਉਹ ਸਾਹਮਣੇ ਆਈ। ਇਸ ਵੇਲੇ ਅਸੀਂ ਅਗਰ ਗੱਲ ਕਰੀਏ ਸਭ ਤੋਂ ਮੁਤਾਸਰਾ ਸੂਬਾ ਜਿਹੜਾ ਸੀ ਸੂਬਾ ਸਿੰਧ ਸੀ। ਸੂਬਾ ਸਿੰਧ ਨੂੰ ਕਾਫੀ ਕੰਟਰੋਲ ਕੀਤਾ ਗਿਆ, ਤਕਰੀਬਨ 2 ਹਫ਼ਤੇ ਤੋਂ ਪਹਿਲੇ ਉੱਥੇ ਕਰਫਿਊ ਜਿਹੜਾ ਹੈ ਲਾਗੂ ਕੀਤਾ ਗਿਆ। ਉਸ ਤੋਂ ਬਾਅਦ ਅਸੀਂ ਵੇਖੇ ਕਿ ਸਿੰਧ ਵਿੱਚ ਕੇਸਾਂ ਦੀ ਤਾਦਾਦ ਜਿਹੜੀ ਹੈ ਘੱਟ ਰਹਿ ਗਈ। ਇਸ ਵੇਲੇ ਸਭ ਤੋਂ ਮੁਤਾਸਰਾ ਸੂਬਾ ਜਿਹੜਾ ਹੈ ਉਹ ਸਾਹਮਣੇ ਆਇਆ ਪੰਜਾਬ। ਪੰਜਾਬ ਵਿੱਚ ਇਸ ਵੇਲੇ ਤਕਰੀਬਨ 495 ਕੇਸਿਸ ਜਿਹੜੇ ਨੇ ਉਹ ਸਾਹਮਣੇ ਆ ਚੁੱਕੇ ਨੇ। ਨਾਲ ਅਸੀਂ ਗੱਲ ਕਰੀਏ ਤਾਂ ਖੈਬਰ ਪਖਤੂਨਖਵਾ ਦੀ, ਤਾਂ ਖੈਬਰ ਪਖਤੂਨਖਵਾ ਵਿੱਚ 180 ਕੇਸ ਰਿਪੋਰਟ ਕੀਤੇ ਗਏ ਨੇ। ਨਾਲ ਬਲੂਚਿਸਤਾਨ ਵਿੱਚ 133, ਗਿਲਗਿਤ ਬਲਤਿਸਤਾਨ ਦੀ ਮੈਂ ਗੱਲ ਕਰਾਂ ਤਾਂ ਗਿਲਗਿਤ ਬਲਤਿਸਤਾਨ ਵਿੱਚ 107 ਕੇਸਿਸ ਸਾਹਮਣੇ ਆ ਚੁੱਕੇ ਨੇ। ਸਿੰਧ ਜਿਸ ਤਰ੍ਹਾਂ ਮੈਂ ਗੱਲ ਕਰਿਆ ਸੀ ਕਿ ਸਿੰਧ ਵਿੱਚ ਸਭ ਤੋਂ ਪਹਿਲਾਂ ਜ਼ਿਆਦਾ ਕੇਸਿਸ ਸਨ, ਤਕਰੀਬਨ ਇਸ ਵੇਲੇ 457 'ਤੇ ਹੀ ਫਿਗਰ ਜਿਹੜਾ ਕਰੋਨਾ ਦਾ ਫਿਗਰ ਸਾਹਮਣੇ ਆਇਆ, ਜਿਹੜੀ ਰਿਪੋਰਟ ਸਾਹਮਣੇ ਆਈ ਉਹ 457 ਹੀ ਆ। ਲੇਕਿਨ ਗੱਲ ਕਰੀਏ ਇਸਲਾਮਾਬਾਦ ਦੀ, ਇਸਲਾਮਾਬਾਦ ਇਸ ਵੇਲੇ ਤਕਰੀਬਨ 29 ਕਨਫਰਮ ਕੇਸਿਸ ਸਾਹਮਣੇ ਆ ਚੁੱਕੇ ਨੇ। ਪੂਰੇ ਪਾਕਿਸਤਾਨ ਦੀ ਅਸੀਂ ਗੱਲ ਕਰੀਏ ਤਾਂ ਪੂਰੇ ਪਾਕਿਸਤਾਨ ਵਿੱਚ 1400 ਕੇਸਿਸ ਜਿਹੜੇ ਨੇ ਉਹ ਰਿਪੋਰਟ ਕੀਤੇ ਗਏ ਨੇ। ਅਗਰ ਅਸੀਂ ਗੱਲ ਕਰੀਏ ਇਸ ਮਰਜ਼ ਤੋਂ ਜਿੰਨੇ ਲੋਕਾਂ ਦੀ ਡੈਥ ਹੋਈ ਹੈ, ਉਹ ਤਕਰੀਬਨ ਕਨਫਰਮ ਜਿਹੜੀ ਡੈਥ ਹੋਈ ਹਨ ਉਹ ਹਨ 7, ਜਿਹੜੀ ਪੂਰੇ ਪਾਕਿਸਤਾਨ ਵਿੱਚ ਇਸ ਮਰਜ਼ ਤੋਂ ਲੋਕਾਂ ਦੀ ਡੈਥ ਹੋਈ ਹੈ। ਨਾਲ ਅਸੀਂ ਗੱਲ ਕਰੀਏ ਕਰੋਨਾ ਵਾਇਰਸ ਤੋਂ ਲੋਕਾਂ ਦੀ ਜਿਹੜੀ ਟ੍ਰੀਟਮੈਂਟ ਹੋ ਕੇ ਉਹ ਲੋਕ ਜਿਹੜੇ ਹਨ ਉਹ ਵਾਪਸ ਗਏ ਨੇ, ਵਾਪਸ ਆਪਣੇ ਘਰ ਤੱਕ ਸਿਹਤਯਾਬ ਹੋ ਕੇ ਚਲੇ ਗਏ ਨੇ, ਉਹਨਾਂ ਦੀ ਤਾਦਾਦ ਜਿਹੜੀ ਉਹ 25 ਆ। ਤਾਂ ਪੂਰੇ ਪਾਕਿਸਤਾਨ ਦੀ ਇਸ ਵੇਲੇ ਹਾਲਤ ਇਹ ਹੈ ਕਿ ਪੂਰੇ ਗੌਰਮੈਂਟ ਆਫ ਪਾਕਿਸਤਾਨ ਨੇ ਬੜੀ ਕੋਸ਼ਿਸ਼ ਕੀਤੀ ਇਸ ਮਰਜ਼ ਨੂੰ ਕੰਟਰੋਲ ਕਰਨ 'ਤੇ। ਅਸੀਂ ਵੇਖ ਰਹੇ ਹਾਂ ਕਿ ਜਿਸ ਤਰ੍ਹਾਂ ਅਮਰੀਕਾ ਵਿੱਚ 26 ਫਰਵਰੀ ਨੂੰ ਪਹਿਲਾ ਕੇਸ ਜਿਹੜਾ ਹੈ ਉਹ ਸਾਹਮਣੇ ਆਇਆ, ਲੇਕਿਨ ਇਸ ਵੇਲੇ ਸਭ ਤੋਂ ਜ਼ਿਆਦਾ ਤਾਦਾਦ ਅਮਰੀਕਾ ਵਿੱਚ ਦੱਸੀ ਜਾ ਰਹੀ ਹੈ। ਪਾਕਿਸਤਾਨ ਵਿੱਚ ਅਸੀਂ ਗੱਲ ਕਰੀਏ ਤਾਂ ਹਕੂਮਤ ਨੇ ਕਾਫੀ ਕੰਟਰੋਲ ਕੀਤਾ ਇਹਨਾਂ ਇਸ ਕਰੋਨਾ ਵਾਇਰਸ ਫੈਲਾਉਣ 'ਤੇ। ਇਸ ਵੇਲੇ ਅਸੀਂ ਗੱਲ ਕਰੀਏ ਪੂਰੇ ਪਾਕਿਸਤਾਨ ਵਿੱਚ 144 ਜਿਹੜਾ ਹੈ ਪੂਰੇ ਪਾਕਿਸਤਾਨ ਵਿੱਚ ਨਾਫਿਜ਼ ਕੀਤਾ ਗਿਆ ਹੈ। ਇਸ ਵੇਲੇ ਇਸਲਾਮਾਬਾਦ ਦੀ ਗੱਲ ਕਰੀਏ ਤਾਂ ਇਸਲਾਮਾਬਾਦ ਦੀ ਸੜਕਾਂ ਤੁਹਾਨੂੰ ਬਿਲਕੁਲ ਨਜ਼ਰ ਆ ਰਹੀਆਂ, ਬਿਲਕੁਲ ਵੀਰਾਨ ਸੁਨਸਾਨ, ਸਾਰਾ ਕੁਝ ਜਿਹੜਾ ਹੈ ਬਿਲਕੁਲ ਠੱਪ ਪੜਿਆ ਹੈ। ਲੇਕਿਨ ਹਕੂਮਤ ਦੇ ਪਾਸੋਂ ਜਿਹੜੇ ਮੀਡੀਆ ਵਰਕਰ ਨੇ, ਹੈਲਥ ਵਰਕਰ ਨੇ ਅਤੇ ਬੈਂਕ ਜਿਹੜੇ ਹਨ ਅਤੇ ਕੁਛ ਸਰਕਾਰੀ ਇਦਾਰੇ ਅੱਜ ਵੀ ਖੁੱਲ੍ਹੇ ਨੇ, ਉਹਨਾਂ ਵਾਸਤੇ ਜਿਹੜੇ ਉਹਨਾਂ ਦਾ ਉਹ ਤੁਸੀਂ ਵੇਖ ਰਹੇ ਹੋ ਕਿ ਬਿਲਕੁਲ ਫੁਟੇਜ ਤੁਹਾਨੂੰ ਵੀ ਨਜ਼ਰ ਆਏਗਾ ਕਿ ਟ੍ਰੈਫਿਕ ਜਿਹੜੀ ਹੈ ਮਾਮੂਲ ਦੇ ਮੁਤਾਬਿਕ ਜਿਹੜੀ ਟ੍ਰੈਫਿਕ ਆਉਂਦੀ ਉਹ ਬਿਲਕੁਲ ਨਹੀਂ ਹੈ। ਕੁਛ ਹੀ ਲੋਕ ਜਿਹੜੇ ਹਨ ਕੁਛ ਦਫ਼ਤਰ ਦੇ ਕੰਮਾਂ ਵਾਸਤੇ, ਕੁਛ ਹੈਲਥ ਡਿਪਾਰਟਮੈਂਟ ਦੇ ਲੋਕ ਜਿਹੜੇ ਉਹ ਆਪਣੇ ਆਪਣੇ ਕੰਮਾਂ ਵਾਸਤੇ ਨਿਕਲੇ ਨੇ। ਲੇਕਿਨ ਉਸ ਦੇ ਬਾਵਜੂਦ ਅਸੀਂ ਵੇਖ ਰਹੇ ਕਿ ਪੁਲਿਸ ਮੁਖਤਲਿਫ ਜਗ੍ਹਾ 'ਤੇ ਚੈਕਿੰਗ ਹੋ ਰਹੀ ਹੈ, ਬਾਈਕ 'ਤੇ ਡਬਲ ਸਵਾਰੀ 'ਤੇ ਵੀ ਪਾਬੰਦੀ ਲਗਾ ਦਿੱਤੀ ਗਈ, ਜਗ੍ਹਾ ਜਗ੍ਹਾ ਪਾਕਿਸਤਾਨ ਵਿੱਚ ਸਪਰੇਅ ਹੋ ਰਹੇ ਨੇ, ਮੁਖਤਲਿਫ ਸ਼ਹਿਰਾਂ ਵਿੱਚ ਸਪਰੇਅ ਹੋ ਰਹੇ ਨੇ। ਲੇਕਿਨ ਉਸ ਦੇ ਬਾਵਜੂਦ ਜਿਹੜੀ ਜਿਸ ਤਰ੍ਹਾਂ ਇੱਕ ਹੋਰ ਖਬਰ ਦੀ ਵੀ ਮੈਂ ਗੱਲ ਕਰਾਂ ਕਿ ਜਿਸ ਤਰ੍ਹਾਂ ਬਰਤਾਨਵੀ ਟੈਲੀਵਿਜ਼ਨ 'ਤੇ ਇੱਕ ਖਬਰ ਵਜ਼ੀਰ ਆਜ਼ਮ ਇਮਰਾਨ ਖਾਨ ਦੇ ਬਾਰੇ ਚੱਲੀ ਸੀ ਕਿ ਵਜ਼ੀਰ ਆਜ਼ਮ ਇਮਰਾਨ ਖਾਨ ਨੂੰ ਕਰੋਨਾ ਵਾਇਰਸ ਹੋ ਚੁੱਕਿਆ ਵਾ, ਲੇਕਿਨ ਇਸ ਗੱਲ ਵਿੱਚ, ਇਸ ਖਬਰ ਵਿੱਚ ਕੋਈ ਜਿਹੜੀ ਹੈ ਸੱਚਾਈ ਨਹੀਂ ਹੈ। ਅੱਜ ਵੀ ਜਿਹੜੀ ਸਾਡੀ ਮਿਨਿਸਟਰੀ ਨਾਲ ਸਾਡੀ ਗੱਲ ਹੋਈ ਹੈ, ਉੱਥੇ ਜਿਹੜੇ ਜ਼ਰਾਇਆ ਨਾਲ ਸਾਡੀ ਗੱਲਬਾਤ ਹੋਈ ਹੈ, ਤਾਂ ਉਹਨਾਂ ਦੇ ਮੁਤਾਬਿਕ ਵਜ਼ੀਰ ਆਜ਼ਮ ਇਮਰਾਨ ਖਾਨ ਕੱਲ੍ਹ ਵੀ ਸਿਹਤਯਾਬ ਸਨ, ਕੱਲ੍ਹ ਵੀ ਉਹਨਾਂ ਨੇ ਕੌਮ ਨਾਲ ਜਿਹੜੀ ਹੈ ਪ੍ਰੈਸ ਕਾਨਫਰੰਸ ਉਹਨਾਂ ਨੇ ਕੀਤੀ, ਉਹਨਾਂ ਨੇ ਖਿਤਾਬ ਕੀਤਾ ਸ਼ਹਿਰੀਆਂ, ਪਾਕਿਸਤਾਨੀ ਸ਼ਹਿਰੀਆਂ ਦੇ ਸਾਹਮਣੇ। ਲੇਕਿਨ ਇਸ ਵੇਲੇ ਅਸੀਂ ਗੱਲ ਕਰੀਏ ਕੋਈ ਇਸ ਤਰ੍ਹਾਂ ਖਬਰ ਜਿਹੜੀ ਹੈ ਸਾਡੇ ਸਾਹਮਣੇ ਨਹੀਂ ਆਈ ਹੈ, ਹਾਲਾਂਕਿ ਇਸ ਗੱਲ ਦੀ ਪ੍ਰਾਈਮ ਮਿਨਿਸਟਰ ਹਾਊਸ ਤੋਂ ਵੀ ਇਸ ਗੱਲ ਦੀ ਤਰਦੀਦ ਹੋਈ ਹੈ। ਇਸ ਵੇਲੇ ਅਸੀਂ ਗੱਲ ਕਰੀਏ ਕਰੋਨਾ ਵਾਇਰਸ ਦੇ ਪੇਸ਼ੈਂਟ ਦੀ, ਤਾਂ ਕਾਫੀ ਕੰਟਰੋਲ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਲੋਕਾਂ ਨੂੰ ਇੱਕ ਦੂਜੇ ਨਾਲ ਅਸੀਂ ਇਹ ਵੀ ਵੇਖ ਰਹੇ ਕਿ ਬਾਕੀ ਟੈਲੀਵਿਜ਼ਨ 'ਤੇ ਮੈਸੇਜ ਵੀ ਚੱਲ ਰਹੇ ਨੇ, ਮੁਖਤਲਿਫ ਟੈਲੀਵਿਜ਼ਨ ਸਕਰੀਨ 'ਤੇ ਮੈਸੇਜ ਚੱਲ ਰਹੇ ਨੇ ਕਿ ਇਹਤਿਆਤੀ ਤਦਾਬੀਰ ਜਿਹੜੇ ਇੰਸਟਰਕਸ਼ਨ ਜਾਰੀ ਕੀਤੇ ਗਏ ਨੇ ਉਸ 'ਤੇ ਲੋਕਾਂ ਨੂੰ ਅਮਲ ਕਰਨ ਦਾ ਬਾਰ ਬਾਰ ਇੰਸਟਰਕਸ਼ਨ ਉਸ 'ਤੇ ਹੋ ਰਹੀ ਨੇ। ਇਸ ਵੇਲੇ ਵੀ ਅਸੀਂ ਵੇਖ ਰਹੇ ਕਿ ਸ਼ਹਿਰੀ ਜਿਹੜੇ ਹਨ ਉਹ ਜ਼ਿਆਦਾਤਰ ਕਾਰਾਂ ਵਿੱਚ ਬੈਠੇ ਨੇ, ਬਹੁਤ ਘੱਟ ਲੋਕ ਜਿਹੜੇ ਹਨ ਉਹ ਕਾਰਾਂ ਤੋਂ ਬਾਹਰ ਆ ਰਹੇ ਨੇ, ਕਿਉਂਕਿ ਕਰੋਨਾ ਦਾ ਜੋ ਖੌਫ ਆ, ਕਰੋਨਾ ਦੀ ਜੋ ਡਿਪਰੈਸ਼ਨ ਤੋਂ ਲੋਕ ਅਸੀਂ ਵੇਖ ਰਹੇ ਕਿ ਲੋਕ ਬੜੇ ਟੈਨਸ਼ਨ ਵਿੱਚ ਨੇ, ਇਸ ਤੋਂ ਬਚਣ ਵਾਸਤੇ ਲੋਕ ਕੋਸ਼ਿਸ਼ ਕਰ ਰਹੇ ਨੇ ਕਿ ਜ਼ਿਆਦਾਤਰ ਅਸੀਂ ਵੇਖ ਰਹੇ ਕਿ ਜਿਹੜੀਆਂ ਗਲੀਆਂ, ਜਿਹੜੇ ਕੂਚੇ ਸਨ ਉਹ ਬਿਲਕੁਲ ਸੁਨਸਾਨ ਅਤੇ ਵੀਰਾਨ ਨਜ਼ਰ ਆ ਰਹੇ ਨੇ ਜੀ। ਪਾਕਿਸਤਾਨ ਤੋਂ ਹਰਮੀਤ ਸਿੰਘ ਦੀ ਰਿਪੋਰਟ, ਦੈਨਿਕ ਸਵੇਰਾ ਟੀਵੀ। All World Open Challenge 17 time gold medalist Mia Rafiq Mohammed Pandit Maulvi Begum Tantrik inna chora thagga to saavdhan specialist Vashikaran satta number love marriage pati patni ch anban videsh ch pakka hona karobar da na chalna sirf 31 ghantiyan vich samadhan free Mia Rafiq Mohammed mobile 84374 94647 84374 94648।